बिस्मिल्लाह रहमान रहीम, अस्सलाम वालेकुम। ऐदा मैं चीज़ा रेडी करी किंदियां, पुलाव बनानियां, राइस ते जखनी ऐदा मैं बनाई किंदी। ऐसा कुल किलो चांपां सियां ते किलो मिक्स या मटन गोश्त जखनी में इसने बया सा प्या सॉरी थूम ते अदरक चिट्टा जीरा ते तेज पत्ता लाचियां दलचीनियां ते काली मर्च ते एक टमाटर ग्रीन चिली ये सारा इं लाइक बही ने सारे मसाले ऐदा में जखनी रेडी करी दी। ठीक है, जखनी सारी हूँ तैयार होगी। इसकी आप मूव कर छड़सा तो फिर करसा चावल देश का करी छड़सा। ਇਹਦਾ ਨਵਾਂ ਦੇਸ਼ ਕਾ ਮੇ ਰੱਖੀ ਹੁੰਦਾ ਜਿਹੜਾ ਅੱਜ ਆਉਂਦਾ ਸਾ ਚੀਜ਼ਾਂ ਇਹਦਾ ਮੈਂ ਕਰੀ ਕਿੰਦੀਆਂ ਇਹ ਸਾਰੇ ਕੁੱਲੀ ਮੋਟੀ ਮਿਰਚ ਸ਼ਿਮਲਾ ਮਿਰਚ ਇੱਕੇ ਬਸ ਨਾਲ ਥੋੜ੍ਹਾ ਜਿਹਾ ਗ੍ਰੀਨ ਧਨੀਆ ਅਤੇ ਗ੍ਰੀਨ ਚਿੱਲੀ ਇਹ ਵੀ ਸਾਡੇ ਸਾਰੇ ਕੋਲ ਚਿੱਟਾ ਜ਼ੀਰਾ ਚਾਰ ਪੰਜ ਪਿਆਜ਼ ਸੇ ਨਿੱਕੇ ਨਿੱਕੇ ਅਤੇ ਟਮਾਟਰ ਗ੍ਰੀਨ ਚਿੱਲੀ ਅਤੇ ਅਦਰਕ ਹੁਣ ਮੈਂ ਕਰਸਾਂ ਇਹਦਾ ਉਹੀ ਬਾਈ ਹੁੰਦਾ ਇਹਦਾ ਮੈਂ डेढ़ किलो सारे को चावल ले त्रै कप बड़े चावल की ऐसा मैं करी छड़िया धोई पानिया ने बिच सेरी छड़े ਓਇਲ ਗਰਮ ਹੋ ਗਿਆ ਸੀ ਪਿਆਜ਼ ਪਾਸੋਂ प्याज सारा ब्राउन आई गया जितना असा कि चावल कल बेसन देना चाहे उसने मुताबिक असा प्याज ब्राउन रख सा बहुत ज्यादा कलर भी ना देना बहुत डार्क भी ना हो जाए बहुत लाइट भी ना
ਪਾਣੀ ਮੈਂ ਤਾਂ ਥੋੜ੍ਹਾ ਜਿਹਾ ਬਹਿਆ ਹਾਂ ਜੇ ਇੱਕਦਮ ਅਸੀਂ ਗੋਹੇ ਸਫਾ ਤਾਂ ਸਾਰੀਆਂ ਬੋਟੀਆਂ ਨੇ ਉਹ ਇੱਕਦਮ ਜਿਹੜਾ ਇੱਕ ਸੜੀ ਜਾਣਾ ਤਾਂ ਮੈਂ ਇਸ ਥੋੜ੍ਹਾ ਜਿਹਾ ਪਹਿਲਾਂ ਤਰੰਪਾ ਚਾਲੀ ਕੁੰਡਾ ਪਾਉਂਦੇ ਨੇ ਇਕਦਮ ਮੈਂ ਪਿਆਜ਼ਾਂ ਵਿੱਚ ਬਾਹਰ ਨਾ ਦੋ ਪੀਣੀਆਂ ਲਈ ਸੜੀ ਜਾਣ ਆਵੇ ਥੋੜੀਆਂ ਥੋੜੀਆਂ ਚੌਂਪਾ ਸਕਦੇ ਅਸੀਂ ਇਸੀ ਫਰਾਈ ਕਰੀ ਦਿੰਦੇ ਸਾਂ ਓਇਲ ਵਿੱਚ ਪਿਆਜ਼ ਵਿੱਚ ਨਾਲ ਅਸਾਂ ਇਹ ਕਰ ਸਾਂ ਇਹਦਾ ਟਿੱਕਾ ਜ਼ੀਰਾ ਥੋੜ੍ਹਾ ਬਾਈ ਸਿੱਖ ਸਾਂ ਇਹ ਗੱਲ ਵੀ ਦੇਖ ਕੇ ਮਾਰਾ ਤੂੰ ਆਪ ਅੱਗੇ ਜਿੱਤਰੇ ਹੀ ਮੈਂ ਭਾਂਡੇ ਦੇਖ ਕੇ ਆਉਂਦੇ ਨਾ ਕਈ ਥੋੜੇ ਮੁੱਟੇ ਨਿਕਲਣੇ ਸੇ ਸਾਰਾ ਇਹ ਕੁੱਕਰ ਗੈਸ ਚਲਾਇਆ ਇਲੈਕਟ੍ਰਿਕ ਪੂਰਾ ਇਤਨਾ ਸੇਕ ਨਹੀਂ ਲੱਗਣਾ ਹੁਣ ਸਾ ਆਉਂਦੀ ਸੀ ਫਿਰ ਉਹ ਮੈਂ ਲੀਡ ਕਸ਼ਨ ਮਿਸੀਆਂ ਦੇਖਦਾ ਹੋਈਆਂ ਮੈਂ ਇਸੀਆਂ ਹੋਰ ਕਿਵੇਂ ਛਾਂ ਫਿਰ ਹੋਰ ਮਿਸੀਆਂ ਫਿਰ ਉਹ ਇਸ ਤਰ੍ਹਾਂ ਤਾਂ ਇਹ ਗੱਲ ਵੀ ਇੱਥੇ ਕਿਸੇ ਨਹੀਂ ਆਉਂਦੀ ਤੋਂ ਘੱਟ ਭੱਜਿਆ ਵਾ ਘੱਟੀ ਜਮਾ ਹੋ ਗੱਲ ਨਾਲ ਸ਼ਿਮਲਾ ਮਿਰਚ ਵੀ ਬਸ ਹੋਣਾ ਇਹ ਵੀ ਕੱਟੀ ਹੁੰਦੀ ਸੀ ਇਹ ਸ਼ਿਮਲਾ ਮਿਰਚ ਬਸ ਹਾਂ ਗ੍ਰੀਨ ਧਨੀਆ ਇਹ ਬਾਅਦ ਵਿੱਚ ਬਸ ਹਾਂ ਮੈਂ ਜਿਤਨਾ ਵੀ ਇਹਦਾ ਦਿਮਾਗ ਨਹੀਂ ਨਾ ਕਈ ਵਾਰੀ ਕੌਣ ਹੋਣੀ ਯਾਦ ਨਹੀਂ ਦੇਣੀ ਕਈ ਵਾਰ ਰਾਈ ਦੀ ਚੀਜ਼ ਯਾਦ ਫੇਰ ਸੀ ਤਾਂ ਕਿਵੇਂ ਨਹੀਂ ਹੋਈ ਸੀ ਇਹ ਸਾਰੇ ਇਹਨਾਂ ਪਈ ਚੁੱਕੇ ਠੀਕ ਹੈ
ਨਾਲ ਇਹ ਤਾਂ ਮੈਂ ਇਹ ਸਪਾਈਸੀ ਵੀ ਥੋੜੀ ਸੀ ਬਈ ਸ਼ਕਸ਼ਾਂ ਦਾ ਇਹ ਸਾਰੇ ਕੁਲ ਕਸ਼ਮੀਰੀ ਲਾਲ ਮਿਰਚ ਇਹ ਬਸ ਇਹ ਰੈਡ ਚਿੱਲੀ ਥੱਲੇ ਤਾਂ ਥੋੜ੍ਹਾ ਬਿਆ ਜੇ ਸਾਰੀ ਜਖਮੀ ਵਿੱਚ ਉਹ ਰੈਡੀ ਚੱਲਦੀ ਉੱਥੇ ਕਸ਼ਮੀਰੀ ਮਿਰਚ ਬਾਈ ਲੌਂਗ ਮਿਰਚ ਸਾਰਿਆਂ ਦੀ ਆਸਾਨ ਰੈਸਪੀ ਕੀ ਹੈ ਲੱਗੀ ਮਟਨ ਪਲਾਓ ਹੋਰ ਆਉਂਦੀਆਂ ਤਾਂ ਇੰਨੀ ਮੁਸ਼ਕਿਲ ਲੱਗਣੀਆਂ ਤਾਂ ਸਾਰਿਆਂ ਕੀ ਆਸਾਨ ਰੈਸਪੀ ਮਾਰੀ ਹੋਈ ਹੈ ਪਿਆਜ਼ਾਂ ਨਾਲ ਜਾਣਾ ਥੋੜ੍ਹਾ ਪਾਣੀ ਬਹਿਆ ਸਾ ਇਸ ਦੀ ਵਜ੍ਹਾ ਸੀ ਕੋਈ ਚੌਂਪਾ ਲਾਈਕ ਸੜੀਆਂ ਪਾਉਣੀ ਜਿਵੇਂ ਕਿ ਇੱਕ ਬੋਟੀ ਇੱਕ ਚਾਂਪ ਬਕ ਸੜੀ ਹੈ ਇੱਕ ਥੋੜ੍ਹੀ ਚਿੱਟੀ ਹੈ ਇਸ ਤਰ੍ਹਾਂ ਹੁਣ ਇੱਕ ਸਾਂਝ ਲੈ ਕੇ ਕਲਰ ਆਈ ਗਿਆ ਜਿਹੜੇ ਸਾਰੇ ਸਾਰੇ ਸੋਰੀ ਸਾਰੀ ਮਤਲਬ ਮਸਾਲੇ ਹੁੰਦੀ ਹੈ ਸਾਰੀ ਮੁੱਠੀ ਇਲਾਚੀ ਹੋਏਗੀ ਦਲਚੀਨੀ ਲੌਂਗ ਸੁੱਕਾ ਧਨੀਆ ਖਿੱਟਾ ਜ਼ੀਰਾ ਇਹ ਸਾਰੇ ਮਸਾਲੇ ਜਿਹੜੇ ਅਸਾਂ ਮਤਲਬ ਚਾਵਲਾਂ ਨਾਲ ਜਖਮੀ 'ਚ ਨਾ ਪਾਉਣੇ ਇਹ ਵਾਲੇ ਮਸਾਲੇ ਨੇ ਆਪ ਗ੍ਰੈਂਡ ਕੀਤੇ ਹੋਏ ਚਾਵਲਾਂ ਪਲਾਓ 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 ਮਸਾਲੇ ਮਸਾਲਿਆਂ ਨੂੰ ਕੁਛ ਬੋਸ਼ ਨਹੀਂ ਚਾਹੀਦੀ ਲੁੱਕ ਵੀ ਹੋਣੀ ਚਾਹੀਦੀ ਚਾਵਲਾਂ ਨੂੰ ਟੇਸਟ ਵੀ ਹੋਣਾ ਚਾਹੀਦਾ ਸਾਰੇ ਕੋਲ ਤਾਂ ਮੱਟੀ ਮਸਤ ਸੀ ਨਾ ਇਹ ਵੀ ਅਸੀਂ ਉੱਥੇ ਪਾਈ ਦਿੱਤਾ
ਇਹ ਸਮਝੋ ਜੇ ਸਪਾਈਸੀ ਪਲਾਉ ਬਣਨਾ ਪਿਆਰ ਕਿਉਂਕਿ ਮੈਂ ਲਾਈਕ ਪਲਾਉ ਬਣਾਉਣੀ ਹੈ ਨਾ ਤਾਂ ਫਿਰ ਨਾਲ ਹੀ ਇਸ ਨਾਲ ਮੈਂ ਲਾਦੀ ਆਂਡੀ ਬਣਾਉਣੀ ਹੁੰਦੀ ਹੈ ਨਾਲ ਮੈਂ ਲਾਈਕ ਕੋਈ ਸਾਲਨ ਸ਼ਾਲਨ ਬਣਾਉਣੀ ਹੁੰਦੀ ਹੈ ਜਾਂ ਚਿੱਟੇ ਚਨੇ ਜਾਂ ਕਾਲੇ ਚਨੇ ਇਸ ਤਰ੍ਹਾਂ ਲਾਦ ਮੈਂ ਉਹਦਾ ਨਾਲ ਬਣਾਉਣੀ ਹੁੰਦੀ ਸਾਲਨ ਕੋਲਣਾ ਇਸ ਮਰਮੇ ਰਿਸਪੀ ਥੋੜਾ ਸਪਾਈਸੀ ਰੱਖਾਂ ਗ੍ਰੇਵੀ ਸਾਰੀ ਰੈਡੀ ਹੋਏਗੀ ਗੋਸ਼ਤ ਭੁੱਜੀ ਗਿਆ ਹੁਣ ਇਸ ਵਿੱਚ ਮੈਂ ਪਾਣੀ ਬੋਲਣੀ ਆ ਜਖਮੀ ਬੋਲਣੀ ਆ ਠੀਕ ਹੈ ਪਹਿਲ ਜਖਮੀ ਬਾਈ ਨਾ ਤਾਂ ਫਿਰ ਇੱਕ ਕੱਪ ਥੁੜੀ ਗਿਆ ਸਾ ਉਹ ਮੈਂ ਫਿਰ ਸੈਪਰੇਟ ਪਾਣੀ ਸਿੰਕਿਆ ਚੁੱਕਿਆ ਨਿਮਕ ਥੋੜਾ ਜਿਹਾ ਘੱਟ ਹੋ ਸੀ ਉਹਦਾ ਇਹਦਾ ਮੈਂ ਉਹਨੇ ਬਰਸ਼ ਸਕਦਾ ਹੁਣ ਇਹਦਾ ਗ੍ਰੀਨ ਧਨੀਆ ਅਤੇ ਗ੍ਰੀਨ ਚਿੱਲੀ ਇੰਨਾ ਕਿ ਸਾਰਾ ਸਾਬਿਤ ਬਸ ਹੁਣ ਮੈਂ ਇਸ ਮਾਰੂ ਨਹੀਂ ਬਹਿਆ ਸਾ ਜੇ ਬਸ ਜੇ ਕਹਿਣਾ ਆਇਆ ਸੋ ਰੈਡੀ ਮੈਂ ਜਖਨੀ ਨਾਲ ਬਹਿਆ ਸਾ ਨਾਲ ਮੈਂ ਇਤਨਾ ਲਾਈਕ ਨਾ ਕਰਨੀ ਇਸ ਮਾਰੂ ਜਖਨੀ ਵਿੱਚ ਬੂ ਸਾ ਉਹ ਰੈਡੀ ਮੈਂ ਬਹਿਆ ਸਾ ਤਾਂ ਜਿਹੜੀ ਅਦਰਕੀ ਉਹ ਮੈਂ ਗ੍ਰੈਂਡ ਕਰ ਤਾਂ ਨਹੀਂ ਬਾਈ ਸਲਾਈਸ ਕੱਟੀ ਦਾ ਬਾਈ ਸਲਾਈਸ ਜ਼ਿਆਦਾ ਨਾਈਸ ਲੱਗਦਾ ਚਾਵਲਾਂ 'ਚ ਹੁਣ ਇਹਦਾ ਮੈਂ ਇਸਕੀ ਕੱਜੀ ਛੱਡ ਸਾਂ ਤਾਂ ਇਹ ਵਾਲੀ ਆਈ ਰਹੀ ਸੀ ਤਾਂ ਫਿਰ ਚਾਵਲ ਬਸ ਇਹਦਾ ਚਾਵਲ ਮੈਂ ਬੈਠ ਰਹੇ ਸੀ ਤਾਂ ਦਵੇਂ ਜੋਗੇ ਹੋਈ ਗਏ ਹੁਣ ਮੈਂ ਇੰਨਾ ਕੀ ਇਹਦਾ ਦਮ ਪਿਆ
ਹੁਣ ਨਾਲ ਮੈਂ ਪੂਦਰੇ ਦੀ ਚਟਨੀ ਨਾਸਾਂ ਤੇ ਨਾਲ ਰੇਤਾ ਸਾਲ ਰੇਤਾ ਜਿਸਨੀ ਦੇਰੀ ਮੈਂ ਚਾਵਲ ਰੈਡੀ ਹੋਣਾ ਜਿਸਨੀ ਦੇਰੀ ਮੈਂ ਰੇਤਾ ਦਾ ਚਟਨੀ ਬਣਾਈ ਗਈ ਸਾਂ ਇਹਦਾ ਚਾਵਲ ਸਾਰੇ ਰੈਡੀ ਹੋਈ ਗਏ ਮੈਂ ਲਸ਼ਰੇ ਤੇ ਅੱਧਾ ਘੰਟਾ ਪੂਰਾ ਹੋਈ ਗਿਆ ਸਾਂ ਮੈਂ ਚਾਵਲ ਚੈੱਕ ਕਰਨੀ ਆ ਕੀ ਇਹਦੇ ਬਣਦੇ ਪਲੇਟਾਂ ਹੀ ਬਸ਼ਰੇ ਚਾਵਲ ਰੈਡੀ ਹੋਈ ਕੇ ਰੇਤਾ ਨਹੀਂ ਬਣਤਾ ਉਹ ਦੇਹੀ ਕੋਣੀ ਸਭ ਚਲੋ ਨੈਕਸਟ ਟਾਈਮ ਸਹੀ ਨੈਕਸਟ ਨਹੀਂ ਅੱਜ ਦਿਹਾੜੀ ਨਹੀਂ ਇਹ ਸਾਨੂੰ ਕਿਹਾ ਸੀ ਦਿਹਾੜੀ ਖਾਏਗੀ ਨਹੀਂ ਸੁਣ ਫਿਰ ਚਲੋ ਤੁਸਾਂ ਵੀ ਇਹ ਰੈਸਪੀ ਬਣਾਇਆ ਇਹ ਰਾਈਸ ਪਲਾਓ ਬਣਾਇਆ ਤੁਸਾਂ ਵੀ ਠੀਕ ਹੈ ਨਾ ਤੇ ਫਾਈਨਲ ਲੁੱਕ ਚਲੋ ਠੀਕ ਹੈ ਓਕੇ ਬਾਏ ਖੁਦਾ ਹਾਫਿਜ਼